ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਜੇ ਐਮ ਜੀ ਵਲੌਗ ਵੈਲਕਮ ਹੈ ਅਤੇ ਅੱਜ ਮੈਂ ਕਰੂੰਗੀ ਇੱਕ ਅਨਬੋਕਸਿੰਗ ਸੋ ਅੱਜ ਮੈਂ ਖੋਲੂੰਗੀ ਬਲੈਕ ਪਲੱਸ ਟੈਕਰ ਦਾ ਮਾਊਸ ਮੇਰੇ ਨਾਮ ਹੀ ਦਿੱਤਾ ਤਾ ਐਕਚੁਲੀ ਪਰ ਇਹ ਨਾ ਸੈਂਡਿੰਗ ਮਸ਼ੀਨ ਹੈ ਇਹ ਛੋਟੀ ਜਿਹੀ ਆ ਕਾਫੀ ਇਹਦਾ ਈਜ਼ਲੀ ਸਟੋਰ ਕਰ ਸਕਦੇ ਹੋ ਅਤੇ ਅਸੀਂ ਘਰ ਨੂੰ ਪੇਂਟ ਕਰਦੇ ਪਏ ਸੋ ਅਸੀਂ ਉਹਦੇ ਵਾਸਤੇ ਲੈ ਕੇ ਆਏ ਕਿ ਤਾਂ ਕਿ ਥੋੜ੍ਹਾ ਇਹਨਾਂ ਸਾਨੂੰ ਈਜ਼ੀ ਹੋ ਜਾਵੇ ਸੋ ਇਹਨੂੰ ਅੱਜ ਅਸੀਂ ਖੋਲੂੰਗੇ ਅਤੇ ਇਹਨੂੰ ਮਾੜਾ ਟੈਸਟ ਕਰੂੰਗੇ ਕਿ ਵਧੀਆ ਹੈ ਅਤੇ ਮੈਂ ਤੁਹਾਨੂੰ ਰੈਕਮੈਂਡ ਕਰਦੀ ਹਾਂ ਜਾਂ ਫਿਰ ਨਹੀਂ ਸੋ ਯਾਰ ਮੈਂ ਇਹਨੂੰ ਡੱਬਾ ਖੋਲ ਲਾ ਪਹਿਲਾਂ ਸੋ ਹੁਣ ਇਹਨੂੰ ਜੇ ਖੋਲਿਆ ਜਾਵੇ ਤਾਂ ਇਹਦੇ ਪਹਿਲਾਂ ਕੀ ਆ ਸੋ ਪਹਿਲਾਂ ਕਾਰਡ ਪਾਉਂਦੇ ਇਹਨੂੰ ਡੱਬਾ ਕਰਦੇ ਸੋ ਇਹ ਆਇਆ ਆ ਕੋਈ ਪੀਸ ਮੈਨੂੰ ਪਤਾ ਨਹੀਂ ਕਾਹਦਾ ਆ ਪੱਚ ਦੇਖਦੇ ਹਾਂ ਅਤੇ ਸੋ ਆਹ ਡੱਬਾ ਖਾਲੀ ਇਹਦੇ ਵਿੱਚ ਆਇਆ ਆ ਇੱਕ ਇੰਸਟਰਕਸ਼ਨ ਦਾ ਮੈਨਿਊਲ ਐਂਡ ਆ ਹੈਗੇ ਸੈਂਡਿੰਗ ਵਾਲੇ ਜਿਹੜੇ ਪੇਪਰ ਸੋ ਇਹਦੇ ਵਿੱਚ 6 ਪੀਸ ਆਏ ਆ ਜਿਹੜੇ ਸੈਂਡਿੰਗ ਦੇ ਜਿਹੜਾ ਸੈਂਡਿੰਗ ਪੇਪਰ ਹੁੰਦਾ ਆ ਇਹ ਜਦੋਂ ਚੇਂਜ ਕਰ ਸਕਦੇ ਤੁਸੀਂ ਫਿਰ ਅਤੇ ਆਹ ਹੈਗੀ ਮਸ਼ੀਨ ਕਾਫੀ ਛੋਟੀ ਆ ਪਰ ਇਹਦਾ ਨਾਲ ਨਾ ਥੋੜ੍ਹਾ ਵੇਟ ਹੈਗਾ ਜ਼ਿਆਦਾ ਹੈਵੀ ਵੀ ਨਹੀਂ ਹੈਗੀ ਅਤੇ ਨਾਲ ਆ ਮੋਰੀ ਜੀ ਕੋਈ ਪਤਾ ਨਹੀਂ ਕਾਹਦੇ ਵਾਸਤੇ ਹੁਣ ਦੇਖਦੀ ਆਈ ਥਿੰਕ ਆ ਇੱਥੇ ਫਿੱਟ ਹੋਊਗੀ ਮੇ ਬੀ ਯਾ ਸੋ ਮੈਂ ਇੰਸਟਰਕਸ਼ਨਸ ਪੜ੍ਹ ਲਵਾਂ ਅਤੇ ਫਿਰ ਇਹਨੂੰ ਟੈਸਟ ਕਰਦੇ ਆ ਸੋ ਗਾਈਸ ਮੈਂ ਪਾਪਾ ਨੂੰ ਪੁੱਛਿਆ ਪਾਪਾ ਨੇ ਕਿਹਾ ਕਿ ਜੋ ਆਹ ਟਿਊਬ ਜੀ ਆ ਸੋ ਜਦੋਂ ਸੈਂਡਿੰਗ ਹੁੰਦੀ ਆ ਜਿਹੜਾ ਸਾਰਾ ਡਸਟ ਵਗੈਰਾ ਹੁੰਦੀ ਆ ਉਹਦੇ ਵਿੱਚ ਨਿਕਲਣੀ ਆ ਅਤੇ ਹੁਣ ਮੈਂ ਫਿਗਰ ਆਊਟ ਕਰਨ ਦੀ ਕੋਸ਼ਿਸ਼ ਕਰਦੀ ਹਾਂ ਕਿ ਕਿੱਦਾਂ ਲੱਗਣਾ ਪੀਸ ਆਹ ਵਾਲੇ ਅਸੀਂ ਉੱਦਾਂ ਲੈ ਕੇ ਆਏ ਹਾਂ ਰੀਫਿਲਸ ਪਰ ਇਹਦੇ ਵਰਗੇ ਨਹੀਂ ਵੀ ਨਾ ਹੋਣ ਸੋ ਪੋਸੀਬਲੀ ਇੱਦਾਂ ਦਾ ਇੱਥੇ ਦਾ ਫਜ਼ੀ ਜਿਹਾ ਆਇਆ ਲੇਅਰ ਅਤੇ ਆਹ ਹੈਗਾ ਵੈਲਕਰੋ ਸੋ ਆਈ ਥਿੰਕ ਇਸ ਕਰਕੇ ਅਟੈਚ ਹੋ ਜਾਣਾ ਮੇਰੀ ਇਹਨਾਂ ਦਾ ਮੈਨੂੰ ਪਤਾ ਨਹੀਂ ਕੀ ਹੋਣਾ ਆ ਗਾਇਸ ਆਹ ਚੀਜ਼ ਬੁੱਕਸ 'ਤੇ ਜਾਂ ਫਿਰ ਜਿਹੜੇ ਪੇਪਰ 'ਤੇ ਉੱਥੇ ਲਿਖਿਆ ਨਹੀਂ ਕਿ ਕਾਹਦੇ ਵਾਸਤੇ ਨੇ ਆਹ ਚੀਜ਼ਾਂ ਸੋ ਇਹਨੂੰ ਮੈਂ ਮੇ ਬੀ ਲਾਏ ਦੇ ਨਹੀਂ ਆ ਕਿਉਂਕਿ ਇੱਦਾਂ ਅਟੈਚ ਕਰ ਸਕਦੇ ਹੋ ਇੱਦਾਂ ਮੈਂ ਕੋਈ ਕੈਂਚੀਆਂ ਮੈਂ ਕੈਂਚੀ ਲਾ ਲੈਂਦੀ ਹਾਂ ਪਰ ਇਹਨੂੰ ਜਾ ਕੇ ਟੈਸਟ ਕਰਦੇ ਹਾਂ ਸੋ ਗਾਇਸ ਅਸੀਂ ਆ ਪੋਲੀਫਿਲਰ ਨਾ ਪੋਲੀਫਿਲਾ ਇਹਦੇ ਨਾਲ ਅਸੀਂ ਭਰੀਆਂ ਇਸ ਵੇਲੇ ਮੇਰਾ ਰੂਮ ਹੈ ਅਤੇ ਇਸ ਰੂਮ ਦੇ ਕਰੜੇ ਹੋਲਸ ਸੀਗੇ ਅਤੇ ਡੈਂਟ ਸੀਗੇ ਕ੍ਰੈਕ ਸੀਗੇ ਸਾਰਾ ਕੁਛ ਅਸੀਂ ਇਹਦੇ ਨਾਲ ਭਰਿਆ ਕਿਉਂਕਿ ਇਹ ਕੰਧ ਦਾ ਬਹੁਤ ਖਰਾਬ ਸੀਗੀ ਅਤੇ ਅਸੀਂ ਸਕਿਵਿੰਗ ਕਰਾਉਣੀ ਨਹੀਂ ਸੀਗੀ ਇਸ ਵਾਰੀ ਸੋ ਹੁਣ ਅਸੀਂ ਜਿਹੜਾ ਆਹ ਕੀਤਾ ਆ ਕਿਉਂਕਿ ਆਹ ਤੁਸੀਂ ਦੇਖੋ ਉਹਦਾ ਟੈਕਸਚਰ ਹੈ ਸੋ ਇਹਨੂੰ ਅਸੀਂ ਇੱਥੇ ਟਰਾਈ ਕਰਕੇ ਦੇਖ ਲਈਏ ਕਿ ਕਿੰਨਾ ਕੁ ਸਮੂਥ ਕਰਦਾ ਆ ਸੋ ਗਾਇਸ ਸੋ ਹੁਣ ਮੈਂ ਆਹ ਵਾਲਾ ਜਿਹੜਾ ਏਰੀਆ ਇਹਨੂੰ ਮੈਂ ਸੈਂਡ ਕਰਨਾ ਤੁਸੀਂ ਦੇਖ ਸਕਦੇ ਹੋ ਇੱਕ ਆਹ ਲਾਈਨ ਅਤੇ ਇੱਕ ਆਹ ਲਾਈਨ ਹੈ ਅਤੇ ਵੈਸੇ ਵੀ ਇਹਦੀ ਸਰਫੇਸ ਦਾ ਕਾਫੀ ਅਨਈਵਨ ਹੈ ਸੋ ਜੇ ਮੈਂ ਤੁਹਾਨੂੰ ਮਸ਼ੀਨ ਦਿਖਾਵਾਂ ਹੁਣ ਤਾਂ ਮਸ਼ੀਨ ਦੇ ਵਿੱਚ ਆਹ ਦੋ ਬਟਨ ਨੇ ਇੱਕ ਹੈਗੀ ਲਾਈਨ ਅਤੇ ਇੱਕ ਹੈਗਾ ਸਰਕਲ ਅਤੇ ਲਾਈਨ ਨਾਲ ਔਨ ਹੁੰਦਾ ਅਤੇ ਸਰਕਲ ਨਾਲ ਬੰਦ ਹੁੰਦਾ ਆ ਕਾਫੀ ਈਜ਼ੀ ਆ ਅਤੇ ਹੁਣ ਇਹਨੂੰ ਕਰਦੇ ਹਾਂ ਟਰਾਈ ਕਾਫੀ ਲਾਤਾ ਪਰ ਕੰਧ ਸੱਚੀ ਰਸਾ ਤੇ ਕਾਫੀ ਸਮੂਦ ਹੋ ਗਈ ਆ ਆਹ ਕਿੰਨੇ ਟੈਸਟ ਲਿੱਤੇ ਪਰ ਕੰਧ ਸਮੂਦ ਹੈ ਤੇ ਪਤਾ ਲੱਗਦਾ ਕਿ ਮੁਰੀ ਕਿੱਥੇ ਭਰੀ ਸੀਗੀ ਤੇ ਆਈਡ ਸੇ ਕਾਫੀ ਵਧੀਆ ਆ ਸੋ ਮਸ਼ੀਨ ਕਾਫੀ ਛੋਟੀ ਆ ਸੋ ਸਾਰਾ ਅਸੀਂ ਜਿਹੜਾ ਹੈਗਾ ਕੰਧ ਨੂੰ ਸੈਂਡ ਕਰਕੇ ਤਾਂ ਫਿਰ ਅਸੀਂ ਰਿਜ਼ਲਟ ਤਾਂ ਪਤਾ ਲੱਗੂਗਾ ਜਦੋਂ ਅਸੀਂ ਪੇਂਟ ਕਰੂੰਗੇ ਅਤੇ ਜਾਂ ਅੱਜ ਦੀ ਵੀਡੀਓ ਮੈਂ ਇੱਥੇ ਐਂਡ ਕਰਦੀ ਹਾਂ ਤੁਹਾਨੂੰ ਪਸੰਦ ਆਈ ਹੋਵੇ ਜੋ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੀਓ ਅਤੇ ਮੈਂ ਤੁਹਾਨੂੰ ਅਗਲੀ ਵੀਡੀਓ 'ਚ ਮਿਲੂੰਗੀ ਥੈਂਕਸ ਫੋਰ ਵਾਚਿੰਗ ਬਾਏ